ਪੈਂਦੀ ਧਮਕ ਨਗਾਰੇ ਮੌਤ ਕੰਬੇ ਨਾਲੇ ਚਾਸ਼ਨੀ ਡੋਲੀ ਜਾਂਦੀ ਆ ਓਏ ਦੰਦਾ ਬੁੱਲਾਂ ਤੇ ਨੱਚਦੀ ਨਹੀਂ ਕੱਲਾ ਇਹ ਤਾਂ ਢਿੱਡ ਚੋਂ ਬੋਲੀ ਜਾਂਦੀ ਆ ਓਏ ਸੈਟ ਅਪ ਕਰਨਾ ਪਿਆ ਇਹਨਾਂ ਨੂੰ ਸੋ ਦੇਖੋ ਆਟੋਆ ਚਾਰ ਫਾਰਵਰਡ ਨਾਲ ਖੇਡ ਰਹੇ ਨੇ ਇਸ ਵੇਲੇ ਤੇ ਇੱਕ ਡਿਫੈਂਸ ਡਿਫੈਂਸ ਆਪਣਾ ਆਫਨ ਮਾਇਰ ਰੋਸੀ ਨੇ ਸ਼ਾਟ ਮਾਰ ਸਕੋਰ ਬੱਲੇ ਬੱਲੇ ਮਰ ਗੋ ਰੋਸੀ ਨੇ ਕਰਤਾ ਗੋਲ ਆਟੋਆ ਖੜੇ ਹੋ ਜੋ अपने 67's ने करता गोल मार्को रॉसी मार्को रॉसी ने दिखा दिता बिल्कुल किक देखो उन्हें बिल्कुल टॉप कॉर्नर फिक किया बड़े प्यार दे नाल बिल्कुल उन्हें गोली नो एक चांस नहीं मिलया क्योंकि प्लेयर ने अच्छी तरीके नाल स्क्रीनशॉट उन्हें दे ऑटवा दी जोन दे विच हुण चाहुंदे आ जनरल्स कर दी इत्थे ते 67's कहंदे ना ना चलिया हुण 67's दा खिडारी The pass mari ke break away the kitna shot out the chod goal kitna goal goal Ottawa 67 the number 10 Cameron Tolne wah wei wah ekdam plate cheti ho gaya te karta goal 67 ne Cameron Tolne dekho bahut badhiya goal kita ne goli nu lagda si ke inne bitata par goli vi andar te pakwa ਅਤੇ ਦੁਬਾਰਾ ਹੁਣ ਟੂਲੀਓ ਟੂਲੀਓ ਪਿੱਛੇ ਫਿਰਦਾ ਨੈੱਟ 'ਤੇ ਨੈੱਟ 'ਤੇ ਉਹਨਾਂ ਨੇ ਪੈਸ ਕੀਤੀ ਟੂਲੀਓ ਦੁਬਾਰਾ ਟੌਸ ਛੱਡ ਗਈ ਬਹੁਤ ਹੀ ਵਧੀਆ ਸੇਵ ਕੀਤਾ ਆਂਡਰੇ ਨੇ ਅਤੇ ਪੈਡ ਮਾਰੀ ਲੱਗਦਾ ਔਸ਼ਵਾ ਕਹਿੰਦੇ ਅਸੀਂ ਕਰਤੀ ਗੋਲ ਆਂਡਰੇ ਨੇ ਬਹਿਦਾ ਬਹਿਦਾ ਕਰਾਤੀ ਵਾਹ ਵੇਈ ਵਾਹ ਇੱਡਾ ਵਧੀਆ ਸੇਵ ਇਸ ਗੇਮ ਵਿੱਚ ਨਹੀਂ ਵੇਖਿਆ ਪਰ ਪੂਰਾ ਸਟ੍ਰੈਚ ਕਰਕੇ ਪਹੁੰਚ ਗਿਆ ਰਾਈਟ ਪੋਸਟ 'ਤੇ ਵਾਹ ਵੇਈ ਵਾਹ ਆਂਡਰੇ ਨਹੀਂ ਰੀਸਾਂ ਤੇਰੀਆਂ ਹੋਰ ਜੇ ਢਿੱਲੇ ਹੋ ਗਏ ਇੱਥੇ ਅਤੇ ਉਹਨਾਂ ਨੇ ਪੱਕ ਲੀ ਰਹੀ ਐਮਟੀ ਨੈੱਟ 'ਤੇ ਮਾਰੀ ਤੇ ਗੋਲ 67 ਮਿਚਲ ਹੋਲਸ਼ਰ ਨੇ ਗੋਲ ਐਮਟੀ ਨੈੱਟ ਗੋਲ ਹੁਣ ਤਾਂ ਹੋਈ ਗੀ ਗੱਲ ਆਟਵਾ 67 ਦੇ ਜ਼ੋਨ ਦੇ ਵਿੱਚ ਫਿਰਦੀ ਆ ਪੱਕ ਤੋਂ ਦੇਖਦੇ ਹਾਂ ਹੁਣ ਕੀ ਹੋ ਰਿਹਾ 67 ਚਾਹੁੰਦੇ ਕੱਢਦੀ ਹੈ ਰੋਸੀ ਨੇ ਪੱਕ ਫੜੀ ਅਤੇ ਜ਼ੋਨ ਦੇ ਵਿੱਚ ਨਿਕਲੇ 67 ਐਮਟੀ ਨੈੱਟ ਦੁਬਾਰਾ ਕੀਟਿੰਗ ਨੇ ਮਾਰੀ ਤੇ ਗੋਲ ਪੂਰਾ ਮਾਰਲੀ ਗੋਲ ਬਸ ਹੁਣ ਤਾਂ ਕਹਾਣੀ ਲਿਖੀ ਸੀ ਔਸ਼ਵਾ ਜਨਰਲਸ ਦੀ ਤੁਸੀਂ ਤਾਂ ਹਾਰ ਹੀ ਆਣਾ ਵਿੱਚ ਤੁਹਾਡੇ ਲਈ ਬ੍ਰੌਡਕਾਸਟ ਕੀਤੀ 67 ਦੀ ਗੋਲ ਤੇ 67 ਜਿੱਤੇ ਅੱਜ ਫਰਾਈਡੇ ਨਾਈਟ ਆਟਵਾ ਹਾਕੀ ਨਾਈਟ ਇਨ ਪੰਜਾਬੀ ਰੋਜਰਸ ਟੀਵੀ ਅਜੀਤਪਾਲ ਧਾਲੀਵਾਲ ਇੰਦਰਪਾਲ ਬਾਲ ਰਾਜ ਨੂਰਲਾ ਜੀ ਵਾਹ ਬਈ ਵਾਹ ਕਮਾਲ ਕਰਤੀ ਇਹਨਾਂ ਨੇ ਬਹੁਤ ਵਧੀਆ ਖੇਡਿਆ ਦੋਨੇ ਟੀਮਾਂ ਨੇ ਪਰ ਮੈਚ ਅਸਲੀ ਮੈਚ ਜਿਹੜੀ ਹੈਗੀ ਹੈ ਤੀਜੇ ਪੀਰੀਅਡ ਵਿੱਚ ਬਣੀ ਜ਼ਰੂਰ ਉਹਨਾਂ ਨੇ ਪੁਸ਼ ਕੀਤੀ ਐਂਡ 'ਤੇ ਇੱਥੇ ਔਸ਼ਵਾ ਨੇ ਸੋ ਪਰ ਫਿਰ ਵੀ 67 ਕਹਿੰਦੇ ਨਹੀਂ ਨਹੀਂ ਅਸੀਂ ਅੱਜ ਜਿੱਤਾਂਗੇ ਅਸੀਂ ਆਟੋਆ ਵਿੱਚ ਖੇਡਦੇ ਹਾਂ ਅਸੀਂ ਪੰਜਾਬੀ ਵਿੱਚ ਕੋਮੈਂਟੇਟਿੰਗ ਕੀਤੀ ਹੈ ਲਓ ਜੀ 67 ਇੰਜੋਏ ਕਰੋ 67 ਖੁਸ਼ੀ ਕਰੋ ਮੁੱਕਿਆ ਨਹੀਂ ਆ